ਵਿਦੇਸ਼ ਜਾਣ ਦੀ ਲਾਲਚ ਦੇ ਵਿੱਚ ਨੌਜਵਾਨ ਮੁੰਡੇ ਠੱਗੀ ਦਾ ਸ਼ਿਕਾਰ ਹੋ ਰਹੇ ਨੇ। ਇਹਨਾਂ ਲੜਕੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਲੜਕੀਆਂ ਲੱਖਾਂ ਰੁਪਏ ਖਰਚ ਕਰਕੇ ਖੁਦ ਵਿਦੇਸ਼ ਪਹੁੰਚ ਜਾਂਦੀਆਂ ਨੇ ਅਤੇ ਉਸ ਤੋਂ ਬਾਅਦ ਲੜਕਾ ਅਤੇ ਉਸਦਾ ਪਰਿਵਾਰ ਇਨਸਾਫ ਦੇ ਲਈ ਘਰ ਘਰ ਠੋਕਰਾ ਖਾਣ ਦੇ ਲਈ ਮਜਬੂਰ ਹੋ ਜਾਂਦਾ ਹੈ। ਅਜਿਹਾ ਇੱਕ ਹੋਰ ਮਾਮਲਾ ਸਮਰਾਲਾ ਦੇ ਪਿੰਡ ਪਪੜੋਦੀ ਤੋਂ ਸਾਹਮਣੇ ਆਇਆ ਜਿੱਥੇ ਫੁੱਲ ਵੇਚਣ ਵਾਲੇ ਦੇ ਪਰਿਵਾਰ ਦੇ ਨਾਲ 30 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ। ਕੀ ਹੈ ਪੂਰੀ ਖਬਰ, ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ। ਸਮਰਾਲਾ ਦੇ ਨਜ਼ਦੀਕ ਪੈਂਦੇ ਪਿੰਡ ਪਪੜੋਦੀ ਦਾ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਫੁੱਲ ਵੇਚਣ ਵਾਲੇ ਨੇ ਆਪਣੇ ਪੁੱਤ ਨੂੰ ਕੈਨੇਡਾ ਭੇਜਣ ਦੇ ਲਈ ਪੁੱਤ ਦਾ ਵਿਆਹ ਆਇਲਸ ਦੇ ਵਿੱਚ 7 ਬੈਂਡ ਹਾਸਲ ਕਰਨ ਵਾਲੀ ਸ਼ਹਿਨਾਜ਼ ਵਾਲੀਆ ਪਿੰਡ ਬੜਾ ਦੋਧਪੁਰ ਦੇ ਨਾਲ ਕਰਵਾ ਦਿੱਤਾ। ਸ਼ਹਿਨਾਜ਼ ਵਾਲੀਆ ਵਿਦੇਸ਼ ਭੇਜਣ ਦਾ ਖਰਚਾ ਤਾਂ ਪਰਿਵਾਰ ਨੇ ਹੀ ਕਰਨਾ ਸੀ, ਪਰ ਸਗੋਂ ਆਪਣੇ ਪੁੱਤਰ ਦੇ ਵਿਆਹ ਦੇ ਚਾਅ ਨੂੰ ਪੂਰਾ ਕਰਨ ਦੇ ਲਈ ਵੀ ਪਰਿਵਾਰ ਨੇ ਮੰਗਣੀ ਅਤੇ ਵਿਆਹ ਦਾ ਵੀ ਸਾਰਾ ਖਰਚ ਚੁੱਕਿਆ। ਲੜਕੇ ਦੇ ਪਿਤਾ ਬਲਵਿੰਦਰ ਸਿੰਘ ਫੁੱਲ ਵੇਚਣ ਦਾ ਕੰਮ ਕਰਦੇ ਨੇ। ਉਹਨਾਂ ਨੇ ਆਪਣੇ ਪੁੱਤਰ ਦੇ ਸੁਨਹਿਰੀ ਭਵਿੱਖ ਨੂੰ ਦੇਖਦੇ ਹੋਏ 18 ਲੱਖ ਰੁਪਏ ਦੀ ਰਾਸ਼ੀ ਵਿਆਜ ਤੇ ਫੜੀ, ਜਿਸ ਦੇ ਨਾਲ ਆਪਣੀ ਨੂੰ ਸ਼ਹਿਨਾਜ਼ ਵਾਲੀਆ ਦੇ ਵਿਦੇਸ਼ ਭੇਜਣ ਦਾ ਪ੍ਰਬੰਧ ਕੀਤਾ। ਇਸ ਤੋਂ ਇਲਾਵਾ ਆਪਣੇ ਪੁੱਤਰ ਦੇ ਵਿਆਹ ਦੇ ਚਾਅ ਪੂਰੇ ਕਰਨ ਦੇ ਲਈ ਬੈਂਕ ਤੋਂ 10 ਲੱਖ ਰੁਪਏ ਦਾ ਲੋਨ ਲਿਆ, ਜਿਸ ਦੇ ਵਿੱਚ ਕੁੱਲ ਮਿਲਾ ਕੇ ਉਹਨਾਂ ਦਾ 30 ਲੱਖ ਰੁਪਏ ਦਾ ਖਰਚਾ ਆਇਆ। ਵਿਆਹ ਤੋਂ 25 ਦਿਨ ਬਾਅਦ ਹੀ ਸ਼ਹਿਨਾਜ਼ ਦਾ ਪਿਤਾ ਪੁਲਿਸ ਲੈ ਕੇ ਆਪਣੀ ਧੀ ਨੂੰ ਲੈਣ ਦੇ ਲਈ ਆ ਗਿਆ। ਉਕਤ ਨੇ ਇਲਜ਼ਾਮ ਲਗਾਇਆ ਕਿ ਉਸਦੀ ਧੀ ਨੂੰ ਸਹੁਰਾ ਪਰਿਵਾਰ ਤੰਗ ਪਰੇਸ਼ਾਨ ਕਰਦਾ ਅਤੇ ਉਸਨੂੰ ਬੰਧਕ ਬਣਾਇਆ ਹੋਇਆ। ਇਸ ਤੇ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪੂਰੇ ਇਲਜ਼ਾਮ ਝੂਠੇ ਪਾਏ ਗਏ। ਇਸ ਦੌਰਾਨ ਲੜਕੀ ਦੇ ਪਿਤਾ ਨੇ ਰੋਪੜ ਦੇ SSP ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਕਿ ਉਹਨਾਂ ਤੋਂ ਦਾਜ ਦੀ ਮੰਗ ਕੀਤੀ ਜਾ ਰਹੀ ਹੈ। ਰੋਪੜ ਦੇ SSP ਨੇ ਜਦੋਂ ਜਾਂਚ ਦੇ ਹੁਕਮ ਦਿੱਤੇ ਤਾਂ ਇਲਜ਼ਾਮ ਇਹ ਵੀ ਝੂਠੇ ਪਾਏ ਗਏ, ਜਿਸ ਤੋਂ ਬਾਅਦ ਲੜਕੀ ਅਤੇ ਉਸਦੇ ਪਿਤਾ ਸਮੇਤ ਕੁੱਲ 4 ਲੋਕਾਂ ਤੇ ਮਾਮਲਾ ਦਰਜ ਕਰ ਲਿਆ ਗਿਆ। ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਕੁੜੀ ਉਹਨਾਂ ਨੂੰ ਧੋਖਾ ਦੇ ਕੇ ਹੁਣ ਵਿਦੇਸ਼ ਚਲੀ ਗਈ ਹੈ। ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਮੁਲਜ਼ਮਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਵਿਆਹ ਹੋਇਆ ਸੀਗਾ ਜੀ 5ਵੇਂ ਮਹੀਨੇ ਦੀ 4 ਤਰੀਕ ਨੂੰ ਵਿਆਹ ਹੋਇਆ ਸੀਗਾ 2022 ਦੇ ਵਿੱਚ, ਅਤੇ ਫਰਡ ਨਾਲ ਧੋਖਾ ਹੋਇਆ। ਕੁੜੀ ਦੇ 7 ਬੈਂਡ ਆਏ ਸੀਗੇ, ਕੁੜੀ ਬਾਹਰ ਗਈ, ਚੱਲ ਸਾਨੂੰ ਦੱਸ ਕੇ ਵੀ ਨਹੀਂ ਗਈ। ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਵਾ। ਵਿਆਹ 'ਤੇ ਸਾਰਾ ਅਸੀਂ ਖਰਚਾ ਕੀਤਾ ਜੀ, ਵਿਆਹ ਮੰਗਣੇ 'ਤੇ ਕੁੜੀ ਦੀਆਂ ਫੀਸਾਂ ਭਰੀਆਂ 17,40,000 ਰੁਪਇਆ, 11 ਲੱਖ ਰੁਪਈਆ ਸਾਡਾ ਵਿਆਹ 'ਤੇ ਲੱਗ ਗਿਆ ਜੀ। ਹੁਣ ਤੱਕ ਸਾਰਾ ਖਰਚਾ ਅਸੀਂ ਕੀਤਾ ਜੀ ਵਿਆਹ ਮੰਗਣੇ ਦਾ, ਅਸੀਂ ਬਰਬਾਦ ਹੋ ਗਏ ਜੀ। ਪੈਸੇ ਜਿਹੜੇ ਖਰਚੇ ਨੇ ਕਿਵੇਂ ਆਏ, ਪੈਸੇ ਕਿਵੇਂ ਲੋਨ ਲਿਆ ਹੋਣਾ? ਹਾਂਜੀ, ਅਸੀਂ ਲੋਨ ਲਿੱਤਾ ਸੀ 10 ਲੱਖ ਰੁਪਇਆ ਲੋਨ ਲਿੱਤਾ ਸੀ, 18 ਲੱਖ ਰੁਪਇਆ ਅਸੀਂ ਵਿਆਜ 'ਤੇ ਫੜਿਆ ਸੀਗਾ ਜੀ। 10 ਲੱਖ ਰੁਪਇਆ ਲੋਨ ਲਿੱਤਾ, 18 ਲੱਖ ਰੁਪਏ ਵਿਆਜ 'ਤੇ ਫੜਿਆ ਸੀਗਾ ਜੀ। ਇਸ ਕਰਕੇ ਅਸੀਂ ਕਿਹਾ ਵੀ ਚਲੋ ਬਾਹਰ ਦਾ ਬਣਾ ਲੈਂਦੇ ਹਾਂ। ਕੁੜੀ ਦੇ 7 ਬੈਂਡ ਆਏ ਸੀਗੇ, ਸਨਾਜ ਵਾਲੀਆ ਨਾਂ ਸੀਗਾ ਜੀ ਉਹਦਾ, ਪਤਾ ਨਹੀਂ ਕਿੱਥੇ ਚੱਲੀ ਗਈ, ਸਾਨੂੰ ਦੱਸ ਕੇ ਵੀ ਨਹੀਂ ਗਈ ਜੀ। ਸਾਡੇ ਨਾਲ ਧੋਖਾ ਹੋਇਆ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ। ਬਲਜੀਤ ਕੌਰ, ਪਿੰਡ ਪੜਾਦੀ ਆ ਜੀ, ਵੱਡਾ ਦੌਦਪੁਰ ਜੀ। ਸ਼ਨਾਜ਼ ਵਾਲੀਆ ਕੁੜੀ ਦਾ ਨਾਂ ਜੀ, ਅਤੇ ਏਕਣ ਅਤੇ ਏਕਣ ਉਹਨਾਂ ਸਾਡੇ ਨਾਲ ਵੇ ਕਰਿਆ, ਧੋਖਾ ਕਰਿਆ ਜੀ। ਵੀ ਨਾ ਕੁੜੀ ਅਸੀਂ ਬਥੇਰੇ ਚਾਵਾਂ ਲਾਡਾਂ ਦੇ ਨਾਲ ਰੱਖੀ ਉਹ, ਅਤੇ ਕੋਈ ਫਰਕ ਨਹੀਂ, ਅਸੀਂ ਨੂੰਹ ਧੀ ਜੇ ਕੁੜੀ ਬਣਾ ਕੇ ਅਸੀਂ ਲਿਆਈ, ਸਾਰਾ ਖਰਚਾ ਅਸੀਂ ਕੀਤਾ। 18 ਲੱਖ ਰੁਪਈਆ ਅਸੀਂ ਵਿਆਹ 'ਤੇ ਚੱਕ ਕੇ ਉਹਦੀਆਂ ਫੀਸਾਂ ਭਰਾਈਆਂ, ਚੰਡੀਗੜ੍ਹ ਅਸੀਂ ਆਪ ਭਰਾ ਕੇ ਆਏ, ਅਤੇ ਉਹਨਾਂ ਨੇ ਸਾਡੇ ਘਰ ਪੁਲਿਸ ਲਿਆਂਦੀ 25ਵੇਂ ਦਿਨ 26ਵੇਂ ਦਿਨ ਤਾਂ ਕੁੜੀ ਉਹਨੂੰ ਵਾਪਸ ਲੈ ਗਏ ਆਪਣੇ, ਉੱਥੇ ਕੈਨੇਡਾ ਦਾ ਸੀਗਾ ਜੀ। ਖਰਚਾ ਕਿੰਨਾ ਕੁ ਹੋ ਗਿਆ? ਖਰਚਾ ਸਾਡਾ 30 ਲੱਖ ਰੁਪਈਆ ਖਰਚਾ ਹੋ ਗਿਆ ਜੀ, ਸਾਰਾ ਟੋਟਲ ਅਸੀਂ ਖਰਚਾ ਕਰਿਆ, ਇੱਕ ਇੱਕ ਅਸੀਂ ਖਰਚਾ ਕੀਤਾ ਸਾਰਾ, ਸਾਰੇ ਅਸੀਂ ਚੌਲ ਅੱਡ ਕੀਤੇ, ਸਾਡਾ ਕੋਈ ਰਸ ਨਹੀਂ ਆਇਆ ਹੈਗਾ। ਮੇਰੇ ਬੱਚੇ ਦੀ ਜ਼ਿੰਦਗੀ ਬਰਬਾਦ ਕਰਕੇ ਚਲੇ ਗਈ, ਸਾਨੂੰ ਇਹ ਵੀ ਨਹੀਂ ਪਤਾ ਦੱਸ ਕੇ ਗਈ ਹੁਣ ਵੀ ਕਿੱਥੇ ਗਈ ਆ ਕਿੱਥੇ ਨਹੀਂ ਗਈ, ਉਹ ਐਡਾ ਧੋਖਾ ਉਹਨਾਂ ਨੇ ਸਾਡੇ ਨਾਲ ਕੀਤਾ। ਆਈਲੈਟਸ ਕੀਤੀ ਹੋਈ, ਹਾਂਜੀ, ਆਪਣੇ ਬੱਚੇ ਨੂੰ ਬਾਹਰ ਭੇਜਣ ਦੇ ਲਈ ਉਹ ਕੁੜੀ ਨੇ, ਉਹਨਾਂ ਦੇ ਪਿਓ ਨੇ ਕਿਹਾ ਵੀ ਅਸੀਂ ਵੀ ਮੇਰੀ ਬੇਟੀ ਨੂੰ ਬੈਂਡ ਆ ਗਏ, ਵੀ ਜੇ ਕਮਲ ਤੂੰ ਕਰ ਸਕਦਾ ਵੀ ਚੱਲ ਆਪਣੇ ਤੂੰ ਆਪਣੇ ਬੇਟੇ ਨੂੰ ਮੇਰਾ ਬੇਟੀ ਦਾ ਰਿਸ਼ਤਾ ਲੈ ਲਾ। ਇਹ ਕਹਿੰਦਾ ਵੀ ਚੱਲ ਕੋਈ ਨਾ ਸੋਚਾਂਗੇ, ਘਰ ਦੇ ਨਾਲ ਸਲਾਹ ਕਰਾਂਗੇ ਅਸੀਂ ਵੀ, ਫਿਰ ਕੋਈ ਨਾ ਸੋਚ ਲਾਂਗੇ। ਉਹਨੇ ਫੋਟੋਆਂ ਭੇਜੀਆਂ ਸਾਨੂੰ ਉੱਧਰ ਉੱਧਰ, ਫਿਰ ਅਸੀਂ ਕੁੜੀ ਦੇਖਣ ਗਏ, ਚੱਲ ਅਸੀਂ ਕੁੜੀ ਦਾ ਵੀ ਕੋਈ ਦੇਖਣ, ਇਸ ਕਰਕੇ ਚੱਲ ਠੀਕ ਆ, ਸਾਡੇ ਬੱਚੇ ਦੀ ਜ਼ਿੰਦਗੀ ਬਣਦੀ ਆ।
ये सोच के असी रिश्ता जोड़ लिया। ये रिश्ता जोड़ के साढ़े नाल उन्होंने एड्डा बड़ा धोखा किया, सानू पता नहीं सीगा भी साढ़े नाल एड्डा धोखा करूँगा, पर वह हथ बनता रहा भी मेरे को कली वो धी है। सारा खर्चा असी कर एक एक खर्चा असी एक एक चौकुरी का किया वा, सारा लाड़ प्यार किते। रोज़ सवेरे उठ के आँदी सी, गुड मॉर्निंग करती, चुमदी सी मैनू, बहुत प्यार करती सी। पता नहीं वो प्यो दे मन च सी, पता नहीं वो माँ के सारे के की मन के बच्चे उन्होंने धोखा सीगा साढ़े नाल। इन्ने सहू सबरी बंदे साढ़े नाल उन्होंने धोखा किया, बहुत ज़्यादा बड़ा धोखा। छोटी मेरी दुकानदार फुलों का काम है मेरा, मैं 2095 तो कम कर रहा। जिमें गुड्डी नूं दी बैंड आए सी, मेरा दोस्त बन गए 3 साल पहला। मैनू कतूबे दे विच फोटो पा के कहिंदा वी आपां रिश्ते यारी दोस्ती रिश्ते च बल दईए। मैं कहा नहीं भीर जी, बेटे की उम्र घट आ, थोड़ी पूंजी की भी बहुत तंगी चल रही है क्योंकि लॉकडाउन लंघ के हटिया सीगा। उस तो बाद कहिंदा वी कोई गल नहीं, पक्का देख के कर लाँगे। मैं कहा नहीं, मना करता। दिल्ली एयरपोर्ट तो चले गया बेटे तीजे नूं चढ़ाउण, उत्थों विचार बनाण मम्मी नूं कहिंदा कुड़ी बैंड आली कोई देख लो। उस तो बाद कुड़ी की चलो पड़ताल करन लग गए, फोटो आई सी। मैं अचानक फोन कर बैठा, मैं भीर जी कुड़ी किसी पासे होया तो नहीं? कहते नहीं किसी पासे होया तो नहीं, कुड़ी की गल चलती है। चलो सानू भी ऐसी सानू कहता भी कुड़ी 7 बैंड आए हुए हैं, 20 सितंबर च जाना क्लास आ वो 6 सितंबर भी अगस्त चले जाऊगी। असी फटाफट प्रैल दे कुड़ी देखी, मुंडा देखा। चलो मैं ठीक है, वह कहता मेरे को कुड़ी हो सारा खर्चा कर उस टाइम, चलो साड़ी हुई। कहता भी खर्चा थोनू करना पैना टोटल, मेरे को कुड़ी हो। मैं कहा फिर कोई गल नहीं, खर्चा तो कर देंगे, पर अच्छ बच्चों के हालात देखते हैं, बच्चे सुसाइड कर लेंगे ने, नहीं कुड़ियाँ फेरी लेके जाती हैं। पर वो बंदे मैंने भरोसा दिता, मेरी नूह राणी भी भरोसा दिता सनाज वालिया ने, कहते पापा मैं तो वकील का कोर्स कर चली हाँ भी मैं इदा का धोखा नहीं करूँगी। मैं चलो ठीक है पुत्र, धोखा होना भी नहीं चाहिए। वो कहता तो फादर भी मैं कि खर्चा आऊँगा जी, 30 लाख रुपया आजू, 25 तो 30 लाख रुपया। वो कहता जी मैं कागज़ बना लाँगा जी, कल बच्चों के मन दराल आ गई तो मैं 30 लाख का 60 हज़ार रुपया 60 लाख मोड़ूंगा। चलो मैं कोई गल नहीं जी, खर्चा करते रहे, मंगने टोटल खर्चा करया, ब्याह ते खर्चा करया 11 लाख रुपया, मेरे ब्याह मंगने ते खर्चा आ गया 17 लाख 40 हज़ार रुपया। पांच मेरा कॉलेज फीसा खर्चा आया, सारा असी बैंकों बिचों पाया। 4.5 लाख रुपया चाचे के अकाउंट पाया, 6 लख 40 हज़ार बेटे ने GST फीस भरी, 6 लख 10 हज़ार मैं अपने कुड़म ते कुड़मनी नूं बैंक में दिता, यूके बैंक बिल ले जाके, वो बैंक के रिकॉर्ड भी आ कि असी ब्याह ते खर्चा करया। देखो अजक बच्चों की आत्महत्या कर लेंगे ने मुंडे, पर असी मेरे घर के 4 बैडरूम ने, मैं ते मेरा बेटा मेरी मिसेज 1 बैडरूम च पैने, कल किसी बंद होना धोखा हो जाए। असी बेटे की बहुत राखी करी है, ठिकरी पैरे मंगन लाया, कदे मैं जागना कदे फिर घरद जागना। एक बलविंदर सिंह है पड़ौदी का, उन्हें कंप्लेंट फाइल की मान योग SSP साहब खाना को, उनकी इनकुआरी मेरे तो पहलों DSP साहबान ने की। उन्होंने इनकुआरी दौरान यह पाया कि बलविंदर का लड़का करणजोत शहनाज वालिया नाँ की लड़की सी, सुरेंद्रपाल की बेटी दाऊदपुर की, इन दी मैरिज हुई सी, लेकिन मैरिज इस कंडीशन पर हुई सी कि शहनाज वालिया जड़ी है ये आईलैट्स की हुई सी, इन्दे 6.5 बैंड सी। तां बलविंदर ने सोचा कि मेरा लड़का जे मैं आपके लड़के दे इन्दे नाल शादी कर दिया तो मेरा लड़का भी बाहर चल जाए। बाहर भेजन के लालच में आके दोनों घर की सहमति नाल ये जड़ी मैरिज कंप्लीट हो गई सी। इस मैरिज के विच भी खर्चा टोटली बलविंदर सिंह हरा ने किया होया सी। उस तो मगरों उन्हों जड़ी बाहर की फीस वो टोटल खर्चा भी कर लिया। उस तो मगरों इन्हों दा आपसी डिस्प्यूट खड़ा हो गया, तो शहनाज वालिया के फादर जड़े सुरेंद्र पाल ने वो आके लड़की नूं उन्दे सहुरियां दे घरों वापस ले गए। मैं इत्थे भी तुहानूं जरूर दसूँगा कि जदों सहुरियां दे घरों लैण आए तो उन्होंने पहलों पुलिस कोल कंप्लेंट की थाने समराले, तो थाने समराले की पुलिस नाल गई, पर जो कंप्लेंट दे एलीगेशन सी वो ठीक नहीं सी। जो पुलिस ने उत्थे वाच किए तो अपनी रिपोर्ट दी, उन्होंने कहा इदा दा कुछ नहीं सी, इन्हें कहा जी मेरी बेटी नूं बंधक बनाया होया, उन्हूं टॉर्चर करते हैं। तो जो पुलिस गई तो अपनी किचन च काम करती सी और उन्हें पुलिस नूं दस्या भी मेरे नाल इदा दा कुछ नहीं, लेकिन अल्टीमेटली उतों वापस चले गए। उस तो मगरों इन्हों का जो डिस्प्यूट पै गया तो
सुरेंद्रपाल हरा ने रोपड़ SSP साहब से कंप्लेंट फाइल करती डोरी एक्ट के रिगार्डिंग जिंदी इनक्वायरी की पड़ताल DSP चमकौर साहब ने DSP चमकौर साहब ने अपनी इनकुआरी रिपोर्ट वो दरखास्त झूठी साबित कर दिता भी इदा का कोई हालात नहीं है। तो मेरे तो पहले रहे DSP साहब ने इनकुआरी करके भेजी सी फिर उनके कमेंट्स जड़े ने उन्हों की ट्रांसफर हो गई मैं आ गया मेरे तो भी लै गए तो मैं भी उन्होंने अपनी सहमति प्रकट की तो उस बेस से इन्हों के खिलाफ जोड़ा मुकदमा दर्ज जोड़ा हो चुका 14 नंबर FIR दर्ज हो गई है 420 और इनकी इन्वेस्टिगेशन जी चल रही है। ये चार जने ने सुरेंद्र शहनाज एक इनकी शहनाज की मदर है एक होर लड़का चार बंद के खिलाफ मेरे नोटिस नहीं अजे कि इन्हों की कोई गिरफ्तारी हुई है या नहीं अजे।